ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਕਾਲਿੰਗ ਵੀਜ਼ੇ ਦੀ ਕਾਲਿੰਗ ਵੀਜ਼ਾ ਇੰਡੀਆ ਤੋਂ ਮਲੇਸ਼ੀਆ ਦੀ ਖਾਤਰ ਉਹਦਾ ਪ੍ਰੋਸੈਸ ਪੂਰਾ ਪ੍ਰੋਸੈਸ ਤਾਂ ਹੋ ਸਕਦਾ ਮੇਰੇ ਤੋਂ ਕੋਈ ਨਾ ਕੋਈ ਰਹਿ ਜੇ ਇੱਕ ਅੱਧੀ ਕਿ ਹੁਣ ਕਹਿੰਦੇ ਪੁਆਇੰਟ ਰਹਿ ਜੇ ਬਟ ਆਈ ਟਰਾਈ ਮੈਂ ਟਰਾਈ ਕਰੂੰਗਾ ਕਿ ਸਾਰੇ ਮੈਂ ਜਿੰਨੇ ਵੀ ਹੋਣਗੇ ਉਹ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈਗੀ ਆ ਕਿ ਇੰਡੀਆ ਦੇ ਵਿੱਚ ਚਾਰ ਹੀ ਮੈਡੀਕਲ ਸੈਂਟਰ ਆ ਬਾਕੀ ਸਾਰੇ ਫਰਾਡ ਆ ਇਹ ਮੈਂ ਕਹਿ ਨਹੀਂ ਸਕਦਾ ਪਰ ਫਰਾਡ ਤਾਂ ਨਹੀਂ ਕਹਿ ਸਕਦੇ ਕਿਉਂਕਿ ਜੈਨੂ ਨਹੀਂ ਹੁੰਦਾ ਕੰਮ ਲਗਭਗ मोस्ट ऑलमोस्ट 5 7 10% ਬਾਕੀਆਂ ਦਾ ਤਾਂ ਕੰਮ ਜਾਲੀ ਹੁੰਦਾ ਓਕੇ ਗੱਲ ਕਿਉਂ ਕਹਿ ਰਿਹਾ ਮੈਂ ਇਹ ਉਹ ਬਾਅਦ ਦੀ ਗੱਲ ਆ ਉਹ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਇੰਡੀਆ ਦੇ ਵਿੱਚ ਚਾਰ ਜਿਹੜੇ ਮੈਡੀਕਲ ਸੈਂਟਰ ਆ ਦਿੱਲੀ ਕਲਕੱਤਾ ਮੁੰਬਈ ਚੇਨਈ ਇਹ ਆ ਮਲੇਸ਼ੀਆ ਦੀ ਸਰਕਾਰ ਵੱਲੋਂ ਅਥੋਰਾਈਜ਼ ਬਾਕੀ ਹੈਗੇ ਜ਼ਰੂਰ ਆ ਕਰਦੇ ਆ ਕੰਮ ਪਰ ਉਹ ਮਲੇਸ਼ੀਆ ਦੀ ਖਾਤਰ ਅਥਾਰਾਈਜ਼ ਨਹੀਂ ਹੈਗੇ ਮਲੇਸ਼ੀਆ ਦੀ ਖਾਤਰ ਜਿਵੇਂ ਦਿੱਲੀ ਵਾਲੇ ਅਲਖਲੀਜ਼ ਐ ਬਾਕੀਆਂ ਦੀ ਵੀ ਮੈਂ ਤੁਹਾਨੂੰ ਹੌਲੀ ਹੌਲੀ ਸਿੰਪਲ ਜਿਵੇਂ ਹੋਈਗੀ ਉਹ ਤੁਹਾਨੂੰ ਦੱਸੀ ਚੱਲਾਂਗਾ ਕਲਕੱਤੇ ਵਾਲੇ ਵੀ ਅਲੱਗ ਦਾ ਹੈਗੇ ਆ ਉਸ ਤਰੀਕੇ ਨਾਲ ਆਪਾਂ ਅੱਜ ਦਿੱਲੀ ਵਾਲਿਆਂ ਦੀ ਗੱਲ ਕਰਦੇ ਆਂ ਕਈ ਮੁੰਡਕਾਂ ਨੇ ਯਾਰ ਦਿੱਲੀ ਸੈਟਿੰਗ ਹੈ ਨਹੀਂ ਨਹੀਂ ਸੈਟਿੰਗ ਦਿੱਲੀ ਨਹੀਂ ਹੈਗੀ ਬ੍ਰਦਰ ਤੇ ਉੱਥੇ ਹੁੰਦੇ ਦੋ ਚੀਜ਼ਾਂ ਇੱਕ ਫਿੰਗਰਪ੍ਰਿੰਟ ਇੱਕ ਮੈਡੀਕਲ ਇੱਕ ਐਕਸ-ਰੇ ਮੈਡੀਕਲ ਦੇ ਐਕਸ-ਰੇ ਇੱਕੋ ਜਿਹੀ ਜੀ ਆ ਉਹ ਐਕਸ ਮੈਂ ਤੁਹਾਨੂੰ ਮੈਂ ਚੀਜ਼ ਦਿਖਾਣਾ ਤੇ ਫਾਰਮ ਦਿੱਤਾ ਜਾਂਦਾ ਫਾਰਮ ਦੇਖੋ ਆਹ ਵਾਲਾ ਫਾਰਮ ਦੇ ਵਿੱਚ ਲਿਖਿਆ ਜਾਂਦਾ ਸਭ ਤੋਂ ਪਹਿਲਾਂ ਜੀ ਨਾਮ ਪਾਸਪੋਰਟ ਨੰਬਰ ਡੇਟ ਆਫ ਇਸ਼ੂ ਤੇ ਡੇਟ ਆਫ ਬਰਥ ਵੀਜ਼ਾ ਜੋਬ ਇਹਦੀ ਜਗ੍ਹਾ ਤੇ ਲਿਖਣਾ ਜਰਨਲ ਵਰਕਰ ਪਾ ਵਾਲਾ ਜਾਂ ਹੈਲਪਰ ਲਿਖ ਦਿਓ ਜਾਂ ਲੇਬਰ ਕੁਝ ਵੀ ਲਿਖ ਦਿਓ ਵੀਜ਼ਾ ਨੰਬਰ ਤੇ ਵੀਜ਼ਾ ਡੇਟ ਹੁੰਦੀ ਆ 사ਉਦੀਆ ਦੀ ਖਾਤਰ ਕਵੇਤ ਵਾਲਿਆਂ ਦੀ ਖਾਤਰ ਹਰੇਕ ਦੀ ਖਾਤਰ ਨਹੀਂ ਹੁੰਦੀ ਇਹ ਉਸ ਤੋਂ نیچے ਆ ਜਾਂਦਾ ਜੀ ਫਾਰਮ ਮਤਲਬ ਫਰਮ ਤੁਸੀਂ ਕਿਹੜੀ ਜਗ੍ਹਾ ਤੋਂ ਆ ਤੇ ਇੱਕ ਲਿਖਿਆ ਜਾਂਦਾ ਡੇਟ ਤੇ ਮੋਬਾਈਲ ਨੰਬਰ ਬਸ ਇੰਨਾ ਹੀ ਕੰਮ ਆ ਹੋਰ ਇਸ ਤੋਂ ਬਿਨਾ ਉਥੇ ਅਲਖਲੀਜ਼ ਦੇ ਵਿੱਚ ਕੋਈ ਕੰਮ ਨਹੀਂ 6500 ਮੈਡੀਕਲ ਦਾ ਫਿੰਗਰਾਂ ਦਾ ਸਾਰੇ ਕਸੇ ਦਾ ਹੁੰਦਾ ਫਿੰਗਰ ਤੁਹਾਡੇ ਹੋ ਜਾਣਗੇ ਉਹ ਤੁਹਾਨੂੰ ਮੌਕੇ ਤੇ ਦੱਸ ਦੇਣਗੇ ਕਿ ਸਹੀ ਆ ਜਾਂ ਗਲਤ ਹੈ ਮੈਡੀਕਲ ਵੀ ਤੁਹਾਨੂੰ ਆਲਮੋਸਟ 3 ਦਿਨਾਂ ਬਾਅਦ ਪਤਾ ਲੱਗ ਜੂ ਪਰ ਐਕਸਰੇ ਆਲਮੋਸਟ ਤੁਹਾਨੂੰ 7 ਦਿਨਾਂ ਬਾਅਦ ਪਤਾ ਲੱਗਦਾ ਕਿਉਂ ਕਿਉਂਕਿ ਉਹ ਦਿੱਲੀ ਵਾਲੇ ਪਹਿਲਾਂ ਭੇਜਣਗੇ ਮਲੇਸ਼ੀਆ ਮਲੇਸ਼ੀਆ ਤੋਂ ਵਾਪਸ ਉਥੇ ਰਿਪੋਰਟ ਜਾਊਗੀ ਹੁਣ ਇਸ ਦੇ ਦੌਰਾਨ ਕੀ ਹੁੰਦਾ ਕਿ ਬਲਕ ਦੇ ਵਿੱਚ ਕੰਮ ਹੁੰਦਾ 100 200 500 ਬੰਦਾ ਨਹੀਂ ਚਲੋ 500 ਤੋਂ ਜ਼ਿਆਦਾ ਗਿਆ ਤਾਂ ਹੋ ਸਕਦਾ ਹੋਵੇ 500 ਕੋਈ ਵੱਡੀ ਗੱਲ ਨਹੀਂ ਦਿੱਲੀ ਬਹੁਤ ਵੱਡੀ ਆ ਅ ਕਿਉਂਕਿ ਉਹਨੂੰ ਨਾਰਥ ਇੰਡੀਆ ਨੂੰ ਕਵਰ ਕਰਨਾ ਹੁੰਦਾ ਉਹਨੇ ਇੱਕ ਦਿਨ ਦੇ ਵਿੱਚ 100 ਬੰਦੇ ਨੂੰ ਮੇਲ ਕਰਨਾ ਉਹ ਆਫਿਸ ਨੂੰ ਕਿੰਨੀ ਬਰਡਨ ਹੁੰਦੀ ਹੋਵੇ ਦੇਖੋ ਤੁਸੀਂ ਹਨਾ ਉਹਨਾਂ ਦੇ ਪਾਸਪੋਰਟ ਸਕੈਨ ਕਰਨੇ ਉਹਨਾਂ ਦੇ ਪਾਸਪੋਰਟ ਦੀਆਂ ਫੋਟੋ ਅਪਲੋਡ ਕਰਨੀਆਂ ਕੱਲੇ-ਕੱਲੇ ਨੂੰ ਮੇਲ ਕਰਨੀ ਕਿਸੇ ਦੀ ਅਪ ਕਿਸੇ ਦੀ ਅਪਲੋਡ ਹੋ ਗਈ ਕਿਸੇ ਦੀ ਨਹੀਂ ਹੋਈ ਉਹ ਅਲਖਲੀਜ਼ ਵਾਲਿਆਂ ਦਾ ਵੀ ਕਸੂਰ ਨਹੀਂ ਕੱਲਾ ਬੰਦਾ ਉਹ ਵੀ ਕੀ ਕਰੇ ਹੁਣ ਮੈਂ ਵੀ ਇੱਕ ਦਿਨ ਦੇ ਵਿੱਚ 170 75 ਵਾਲਿਆਂ ਦੇ ਰਿਪਲਾਈ ਦੇਣਾ ਕਿੰਨੇ ਜਣੇ ਹੁੰਦੇ ਆ ਨੋਰਮ ਆਲਮੋਸਟ ਮੈਨੂੰ 100 150 200 ਮੁੰਡੇ ਦਾ ਮੈਸੇਜ ਆ ਜਾਂਦਾ ਕੁੜੀਆਂ ਦੇ ਵੀ ਆ ਜਾਂਦਾ ਬਾਈ ਸਾਨੂੰ ਆ ਕੰਮ ਆ ਸਾਨੂੰ ਉਹ ਕੰਮ 100 ਦੇ ਵਿੱਚੋਂ 1 ਜਾਂ 2% ਹੀ ਬੰਦੇ ਬਤ ਵਾਦ ਇੱਕ ਦੋ ਪਰਸੈਂਟ ਕੰਮ ਕਰਵਾਉਂਦੇ ਹਨਾ 100 ਤੋਂ ਇੱਕ ਦੋ ਜਾਣੇ ਬਾਕੀਆਂ ਨੇ ਸਿਰਫ ਸਵਾਦ ਲੈਣਾ ਹੁੰਦਾ ਚਸਕੇ ਲੈਣੇ ਹੁੰਦੇ ਆ ਉਦੋਂ ਫਿਰ ਥੋੜਾ ਜਿਹਾ ਦਿਮਾਗ ਘਰਮਾਉਂਦਾ ਵੀ ਯਾਰ ਕਿਉਂ ਪਰ ਕਰਨਾ ਪੈਂਦਾ ਸਾਰਾ ਕੁਝ ਹੈ ਨਾ ਉਵੇਂ ਉਹਨਾਂ ਨਾਲ ਖਰੀਦ ਵਾਲਿਆਂ ਨੂੰ ਕਰਨਾ ਪੈਂਦਾ ਉਹਨਾਂ ਨੇ ਕੀ ਕਰਨਾ ਹੈ ਕਿ ਤੁਹਾਡੀ ਫਾਈਲ ਨਹੀਂ ਅਪਲੋਡ ਕੀਤੀ ਇੱਥੇ ਮੇਰੇ ਤੱਕ ਆਉਂਦੇ ਆਉਂਦੇ ਦੇਰ ਹੋ ਗਈ ਜਾਂ ਕਿਸੇ ਤੱਕ ਆਉਂਦੇ ਦੇਰ ਹੋ ਗਈ ਨਹੀਂ ਤੁਸਾਨੂੰ ਦੁਬਾਰਾ ਵੀ ਜਾਣਾ ਪੈ ਸਕਦਾ ਜਾਂ ਤੁਸੀਂ ਇਹ ਕੰਮ ਕਰੋ ਉਹਨਾਂ ਕੋਲੋਂ ਨੰਬਰ ਲਵੋ ਤੇ ਆਹ ਵਾਲੀ ਰਿਪੋਰਟ ਆਣਾ ਜਿਹੜੀ ਇਹ ਤੁਹਾਨੂੰ ਮਿਲ ਜਾਂਦੀ ਹੈ ਤਿੰਨ ਤੋਂ ਚਾਰ ਦਿਨਾਂ ਬਾਅਦ ਉਹ ਪੀਡੀਐਫ ਦੇ ਵਿੱਚ ਸੈਂਡ ਕਰ ਦਿੰਦੇ ਹਨ ਇਹਦੇ ਵਿੱਚ ਸਾਰੀ ਚੀਜ਼ ਲਿਖੀ ਹੁੰਦੀ ਹੈ ਵੀ ਐਕਸਰੇ ਤੁਹਾਡਾ ਸੈੱਟ ਹੈ ਇਹ ਉਹ ਲਟਰਨ ਪਟਰਨ ਸਾਰਾ ਕੁਝ ਇਹ ਤੁਹਾਨੂੰ ਭੇਜਣਗੇ ਅਰਾਊਂਡ 4 ਤੋਂ 5 ਦਿਨ ਬਾਅਦ ਜਾਂ ਹਫ਼ਤੇ ਬਾਅਦ ਸੋ ਕੋਸ਼ਿਸ਼ ਕਰੋ ਉਹਨਾਂ ਨਾਲ ਬਣਾ ਕੇ ਰੱਖੋ ਤੇ ਪਿਆਰ ਰੱਖੋ ਉਹਨਾਂ ਨੂੰ ਕਹੋ ਕਿ ਬਾਈ ਸਾਨੂੰ ਸੈਂਡ ਕਰੇ ਉਹ ਥੋੜਾ ਜਿਹਾ ਤੁਹਾਨੂੰ ਹੋਰ ਵੀ ਕਨਵੀਨੀਅੰਟ ਹੋ ਜਾਊਗਾ ਉਹ ਤੁਹਾਨੂੰ ਆਪਣੇ ਵੀ ਸੈਂਡ ਕਰ ਦੇਣਗੇ ਤੇ ਜੇ ਮੰਨ ਲਓ ਤੁਹਾਡੀ ਅਪਲੋਡ ਨਹੀਂ ਹੋਈ ਤੁਹਾਡੀ ਮੈਡੀਕਲ ਰਿਪੋਰਟ ਆਨਲਾਈਨ ਨਹੀਂ ਹੋਈ ਉਹ ਖੁਦ ਆਨਲਾਈਨ ਕਰਕੇ ਦਿੰਦੇ ਆ ਓਕੇ ਜੀ ਉਸ ਤੋਂ ਬਾਅਦ ਆ ਜਾਂਦਾ ਏ ਕਿਉਂਕਿ ਆਰਪੋਰਟ ਤੁਹਾਨੂੰ ਦੱਸਿਆ ਸੀ ਨਾ ਮਿਲਦੀ ਏ ਉੱਥੇ ਫਿੰਗਰਪ੍ਰਿੰਟ ਦੀ ਸਲਿੱਪ ਮਿਲਦੀ ਏ ਥੋੜ੍ਹਾ ਧੁੰਦਲਾ ਮੈਂ ਜਾਣ ਬੋਝ ਕੇ ਕੀਤਾ ਹੋਇਆ ਨੂੰ ਹਨਾ ਸਮਝਦਣਾ ਤੁਸੀਂ ਕਾਪੀ ਰਾਈਟ ਦਾ ਪੰਗਾ ਪੈ ਜਾਂਦਾ ਹੁਣ ਆ ਜਾਂਦਾ ਉਸ ਤੋਂ ਬਾਅਦ ਜਦੋਂ ਤੁਸੀਂ ਤੁਹਾਡਾ ਸਾਰਾ ਕੁਝ ਹੋ ਗਿਆ ਮੈਡੀਕਲ ਆਨਲਾਈਨ ਹੋ ਗਿਆ ਇਹ ਉਹ ਲਟਰ ਮਟਰ ਸਾਰਾ ਕੁਝ ਇੰਡੀਆ ਵਾਲਾ ਤੁਸੀਂ ਸੁਰਖਰੂ ਕਰਕੇ ਪੇਮੈਂਟ ਵੂਮੈਂਟ ਦੇ ਕੇ ਸਾਰਾ ਕੁਝ ਕਲੀਅਰ ਕਰਤਾ ਫਿਰ ਆਉਂਦੀ ਹੈ ਇਸ ਚੀਜ਼ ਦੀ ਵਾਰੀ ਹੁਣ ਇਸ ਚੀਜ਼ ਦੇ ਵਿੱਚ ਤੇ ਵੀਜ਼ੇ ਦੀ ਵਿੱਚ ਔਰ ਟੂਰਿਸਟ ਵੀਜ਼ੇ ਦੇ ਵਿੱਚ ਫਰਕ ਹੈ ਦੋਨਾਂ ਚੀਜ਼ਾਂ ਦੇ ਵਿੱਚ ਇਹਦੇ ਤੇ ਲਿਖਿਆ ਹੁੰਦਾ ਜਿਹੜਾ ਜੈਨੂਨ オリジナル ਵਰਕ ਪਰਮਿਟ ਹੁੰਦਾ ਉਹਦੇ ਤੇ ਲਿਖਿਆ ਹੁੰਦਾ ਬੀਪੀ ਐਫ ਡਬਲਯੂ ਐਮ ਐਸ ਇਹ ਹੁੰਦਾ ਵਰਕ ਪਰਮਿਟ ਦੀ ਨਿਸ਼ਾਨੀ ਐਫ ਐਮ ਐਸ ਜਾਂ ਕਿੜੀਆਂ ਲਿਖਿਆ ਹੋਵੇ ਬੀਪੀਏ ਲਿਖਿਆ ਹੋਵੇ ਇਦਾਂ ਦੇ ਇਹ ਲਾਈਨਾਂ ਲੱਗੀਆਂ ਹੋਣ ਹਨ ਜੇ ਨਹੀਂ ਲਿਖੀ ਹੋਈ ਇਹਦਾ ਮਤਲਬ ਇਹ ਫੇਕ ਹੈ ਜਾਂ ਕਹ ਲੋਗੇ ਉਹ ਫੇਕ ਨਹੀਂ ਕਹਿ ਸਕਦੇ ਆਪਾਂ ਉਹਨੂੰ ਕਹਿ ਸਕਦੇ ਆ ਕਿ ਉਹ ਟੂਰਿਸਟ ਵੀਜ਼ਾ ਹੈ ਟੂਰਿਸਟ ਵੀਜ਼ਾ ਦਾ ਤੇ ਵਰਕ ਪਰਮਿਟ ਦਾ ਫਰਕ ਕੀ ਹੈ ਵਰਕ ਪਰਮਿਟ ਵਾਲਿਆਂ ਨੇ ਸਿੰਗਲ ਟਿਕਟ ਤੇ ਆਉਣਾ ਹੈ ਬਿਨਾ ਹੋਟਲ ਬੁਕਿੰਗ ਤੋਂ ਆਉਣਾ ਬਿਨਾ ਸ਼ੋਮਣੀ ਤੋਂ ਆਉਣਾ ਤੇ ਤੁਹਾਡੇ ਬੌਸ ਨੇ 에ਅਰਪੋਰਟ ਤੇ ਤੁਹਾਨੂੰ ਕਲੀਅਰ ਕਰਵਾਉਣਾ ਟੂਰਿਸਟ ਵੀਜ਼ੇ ਵਾਲਿਆਂ ਨਾਲ ਇਦਾਂ ਨਹੀਂ ਹੁੰਦਾ ਟੂਰਿਸਟ ਵੀਜ਼ੇ ਵਾਲਿਆਂ ਨੂੰ ਬੌਸ ਨੇ ਨਹੀਂ ਕਢਵਾਉਣਾ ਹੁੰਦਾ ਕੱਲੇ ਆਉਂਦੇ ਹੁੰਦੇ ਆ ਉਧਰੋਂ ਜਦੋਂ ਤੁਸੀਂ ਮਲੇਸ਼ੀਆ ਪਹੁੰਚ ਗਏ ਆਪਣਾ ਬੌਸ ਨੇ ਤੁਹਾਨੂੰ 에어ਪੋਰਟ ਤੋਂ ਰੀਸੀਵ ਕਰ ਲਿਆ ਤੁਹਾਡਾ ਸਾਰਾ ਕੰਮ ਹੋ ਗਿਆ ਸੈੱਟ ਹੋ ਗਿਆ ਉਸ ਤੋਂ ਬਾਅਦ ਕੀ ਹੁੰਦਾ ਬੰਦਾ 2 4 5 ਦਿਨ ਕੰਮ ਕਰਦਾ ਉਹਦਾ ਦਿਲ ਨਹੀਂ ਲੱਗਦਾ ਇਹ ਜਿਹੜੀ ਦਿਲ ਲੱਗਣ ਦੀ ਬਿਮਾਰੀ ਹੈ ਖਾਸ ਤੌਰ ਤੇ ਆਪਣੇ ਪੰਜਾਬੀਆਂ ਦੇ ਵਿੱਚ ਜਾਂ ਮੋਸਟਲੀ ਜਿਆਦਾ ਕਿਸੇ ਦੇ ਵਿੱਚ ਹੋਰ ਨਹੀਂ ਹੈਗੀ ਮੈਂ ਕਿਸੇ ਹੋਰ ਨਾਲ ਡੀਲ ਨਹੀਂ ਕੀਤੀ ਇਸ ਕਰਕੇ ਮੈਨੂੰ ਆਪਣੀ ਕਮਿਊਨਿਟੀ ਦਾ ਪਤਾ ਲੱਗ ਰਿਹਾ ਆਪਣੀ ਕਮਿਊਨਿਟੀ ਬਾਰੇ ਮੈਂ ਗੱਲ ਕਰ ਸਕਦਾ ਹਨਾ ਆਪਣੀ ਕਮਿਊਨਿਟੀ ਦੇ ਵਿੱਚ ਇਹ ਬੜੀ ਪ੍ਰੋਬਲਮ ਆ ਰਹੀ ਹੈ ਕਿ ਜਦ ਦਿਲ ਨਹੀਂ ਲੱਗਦਾ ਇੰਡੀਆ ਸਹੀ ਸੀ ਜਦੋਂ ਇੰਡੀਆ ਹੁੰਨੇ ਆ ਉਥੇ ਚਲੂਣੇ ਲੜਦੇ ਆ ਮਲੇਸ਼ੀਆ ਆਉਣ ਦੇ ਜਾਂ ਦੁਬਈ ਜਾਣ ਦੇ ਜਾਂ ਕਿਤੇ ਵੀ ਜਾਣ ਦੇ ਲੋ ਹਨ ਫਿਰ ਇੱਕ ਸੌਫਟ ਟਾਰਗੇਟ ਆ ਜਾਂਦਾ ਏਜੰਟ ਬੰਦਾ ਵਾਪਸ ਪਹੁੰਚ ਜਾਂਦਾ ਨਹੀਂ ਜੀ ਇਹਨੇ ਸਾਡਾ ਨਾ ਫਰਾਡ ਕੀਤਾ ਇਹਨੇ ਸਾਡਾ ਨਾ ਇਹ ਕੀਤਾ ਇਹਦੇ ਨਾਲ ਸਾਡਾ ਉਹ ਕੀਤਾ ਮੈਂ ਇਹਨਾਂ ਗੱਲਾਂ ਦੇ ਵਿੱਚੋਂ ਇਸ ਕਰਕੇ ਬਚਿਆ ਹੋਇਆ ਕਿ ਮੈਂ ਵੀਡੀਓ ਬਣਾ ਕੇ ਸੈਂਡ ਕਰ ਦਿੰਦਾ ਕਿ ਭਈ ਆਹ ਗੱਲ ਆਖੀ ਸੀ ਆਹ ਗੱਲਾਂ ਬਾਤ ਹੈ ਕਿਸੇ ਨੂੰ ਪਸੰਦ ਆ ਇਹਦਾ ਠੀਕ ਹੈ ਨਹੀਂ ਅੱਲਾਹ ਲਾ ਖੈਰ ਸਨ ਅੱਲਾ ਆਪਣਾ ਘਰ ਵਧੀਆ ਚੱਲੀ ਜਾਂਦਾ ਤੇ ਹੁਣ ਗੱਲ ਕਰਦੇ ਆ ਉਸ ਤੋਂ ਬਾਅਦ ਸੈਲਰੀ ਦੀ ਸੈਲਰੀ ਮਲੇਸ਼ੀਆ ਦੇ ਵਿੱਚ 50 60 70 ਰਿੰਗਟ ਨਾਰਮਲ ਹੈ ਹੱਦ ਤੋਂ ਹੱਦ ਕੋਈ 80 ਦੇ ਦਿੰਦਾ ਹੋਊਗਾ 90 ਤਾਂ ਮਿਲੋ ਕੰਸਟਰਕਸ਼ਨ ਵਾਲਿਆਂ ਨੂੰ ਜਾਂ ਜਿਹੜੇ ਪੁਰਾਣੇ ਬੰਦੇ ਜਿਨ੍ਹਾਂ ਨੂੰ ਭਾਸ਼ਾ-ਭੂਸ਼ਾ ਆਉਂਦੀ ਹੋਊਗਾ ਤੇ ਜਿਹੜੇ ਬੰਦੇ ਨੇ ਕਰ ਨਹੀਂ ਸਿਕਿਉਰਟੀ ਗਾਰਡ ਆ ਜਦ ਕਿ ਇੱਥੇ ਨੇਪਾਲ ਵਾਲੇ ਬੰਦੇ ਵੀਰ ਭੈਣ ਭਰਾ ਹੀ ਸਿਰਫ ਸਿਕਿਉਰਟੀ ਦੀ ਖਤਰਾ ਅਲਾਵਾ ਜਾਂ ਲੋਕਲ ਕਰ ਸਕਦੇ ਆ ਮੇਰਾ ਜੀ ਕਰਦਾ ਕਿ ਮੈਂ ਹਰੇਕ ਸੰਡੇ ਨੂੰ ਲਾਈਵ ਕਰਾਂ ਪਰ ਉਹੀ ਨਾਰਮਲੀ ਕਿਸੇ ਪਟੇ ਸਵਾਲ ਜਵਾਬ ਉਹਦਾ ਕੋਈ ਫਾਇਦਾ ਨਹੀਂਗਾ ਤੇ ਪੁਰਾਣੇ ਬੰਦੇ ਬੋਰ ਵੀ ਹੋ ਜਾਂਦੇ ਏ ਔਰ ਸੇਮ ਸੇਮ ਗੱਲਾਂ ਬਾਤਾਂ ਕਰੀ ਜਾਂਦਾ ਉਹਦਾ ਕੋਈ ਹਨਾ ਐਡਾ ਕੋਈ ਧੋਕ ਨਹੀਂ ਬਣਦੀ ਗੀ ਓਕੇ ਗੱਲ ਇਹ ਹੈਗੀ ਆ ਕਿ ਤੁਸੀਂ ਕੋਸ਼ਿਸ਼ ਕਰੋ ਆਪਣਾ ਦਿਲ ਲਾ ਕੇ ਆਓ ਪਹਿਲਾਂ ਹੀ ਆਪਣੀ ਮਜਬੂਰੀ ਦੇਖ ਕੇ ਆਓ ਕਿ ਇੰਡੀਆ ਦੇ ਹਾਲਾਤ ਕੀ ਆ ਪੰਜਾਬ ਦੇ ਹਾਲਾਤ ਕੀ ਆ ਫੇਰ ਆਓ ਹੁਣ ਕਮਾਈ ਦੀ ਗੱਲ ਕਰ ਲੈਂਦੇ ਆਪਾਂ ਕਮਾਈ ਹੈਗੀ ਆ ਕਿ ਜੀ ਇੱਕ ਦਿਨ ਦੇ 70 ਰਿੰਗਟ ਮੰਨ ਲੈਂਦੇ ਆ ਚਲੋ ਆਪਾਂ ਹਨਾ 80 90 100 ਨਹੀਂ ਮੰਨਦੇ 70 ਜਾਂ 60 ਮੰਨ ਲੈਂਦੇ ਆ 70 ਮੰਨ ਲੈਂਦੇ ਆ ਇੱਕ ਦਿਨ ਦੀ ਦਿਹਾੜੀ ਤੁਹਾਨੂੰ ਮਿਲ ਰਹੀ ਹੈ 70 ਰਿੰਗਟ ਚਲੋ 60 ਮੰਨ ਲਓ ਮਹੀਨਾ ਦਾ ਹੋ ਗਿਆ 6 ਤੀ 18 ਉਹਦੇ ਵਿੱਚੋਂ ਤੁਸੀਂ ਕਮਾਈ ਵੀ ਕਰਨੀ ਹੈ ਪਰ ਹੁਣ ਇੱਥੇ ਇੱਕ ਪ੍ਰੋਬਲਮ ਹੋਰ ਵੀ ਆਉਂਦੀ ਹੈ ਕਿ ਤੁਹਾਨੂੰ ਛੁੱਟੀਆਂ ਵੀ ਵਿੱਚ ਪੈਂਦੀਆਂ ਚਾਰ ਛੁੱਟੀਆਂ ਪੈ ਗਈਆਂ ਤਿੰਨ ਪੈ ਗਈਆਂ ਹਨ ਉਹ ਪੈਣ ਗਈਆਂ ਪੰਜ ਪੈ ਗਈਆਂ ਅੱਠ ਪੈ ਗਈਆਂ ਜਿੰਨੇ ਦਿਨ ਤੁਸੀਂ ਕੰਮ ਕੀਤਾ ਉੰਨੇ ਦਿਨ ਦੀ ਤੁਹਾਨੂੰ ਤਨਖਾਹ ਮਿਲਣੀ ਹੈ ਇਹ ਨਹੀਂ ਕਿ ਤੁਹਾਨੂੰ ਪੂਰੇ ਮਹੀਨੇ ਦੀ ਤਨਖਾਹ ਮਿਲ ਜਣੀ ਹੈ ਕੋਈ ਪੱਕਾ ਫਿਕਸ ਬੰਦਾ ਕੰਮ ਕਰ ਰਿਹਾ ਹੈ ਉਹ ਤਾਂ ਚਲੋ ਇੱਕ ਵੱਖਰੀ ਗੱਲ ਹੈ ਵੀ ਕੰਪਨੀ ਵੱਲੋਂ ਆ ਕੰਪਨੀ ਨੇ ਇੰਸ਼ੋਰੈਂਸ ਵੀ ਦੇਣਾ ਹੈ ਕੰਪਨੀ ਨੇ ਤਿੰਨ ਸਾਲਾਂ ਬਾਅਦ ਟਿਕਟ ਵੀ ਦੇਣੀ ਆਪਾਂ ਕੋਈ ਕੰਪਨੀ ਦਾ ਨਹੀਂ ਵੀ ਦਿੰਦੇ ਨਾ ਹਨਾ ਉਹ ਬਾਅਦ ਦੀ ਗੱਲ ਆ ਪਰ ਮੈਂ ਫਿਲਹਾਲ ਇਹੀ ਕਹਿਣਾ ਚਾਹਣਾ ਸੋਤ ਰਸ ਸਿਰ ਤੇ ਗੰਡ ਕੋਸ਼ਿਸ਼ ਕਰੋ ਸਟੇਬਲ ਹੋ ਕੇ ਕੰਮ ਕਰਨ ਦੀ ਵਾਰ-ਵਾਰ ਡਰਾਮੇਬਾਜ਼ੀ ਨਾ ਕਰੋ ਵਾਰ-ਵਾਰ ਕੰਪਨੀਆਂ ਚੇਂਜ ਨਾ ਕਰੋ ਵਾਰ-ਵਾਰ ਕਿਸੇ ਨੂੰ ਪਰੇਸ਼ਾਨ ਨਾ ਕਰੋ ਨਾ ਖੁਦ ਪਰੇਸ਼ਾਨ ਹੋ ਵੋ ਟਿਕ ਕੇ ਕੰਮ ਕਰੋ ਜਿੰਨਾ ਕਰ ਸਕਦੇ ਆ ਕਮਾਈ ਕਰੋ ਕਮਾਈ ਕਰਨਾ ਆ ਨੌਕਰ ਕੀ ਤੇ ਨਖਰਾ ਕੀ ਕੋਸ਼ਿਸ਼ ਕਰੋ ਕਮਾਈ ਕਰੋ ਟਿਕ ਕੇ ਕਰੋ